मैम नवजो आज नवजोत सिंह सिद्धू के खिलाफ विक्रम मजीठिया ने अपनी नॉमिनेशन एक कर ला सिद्धू के खिलाफ विक्रम मजीठिया ने अपनी नॉमिनेशन फाइल करती की कहना चाहते अच्छी गल है पार्टी जो भी जिन्हों भी डिसाइड करे असी वेलकम करते हैं लोग इन्ने बेवकूफ तो है नहीं लोगों ने चॉइस करनी होंगी है लोगों ने वोट पाने होंगे सो अच्छी गल है ਜਿਹਨੂੰ ਮਰਜ਼ੀ ਕਰਨ ਕੀ ਫਰਕ ਪੈਂਦਾ ਹੈ ਲੇਡੀ ਸੁਨੀਤਾ ਸੁਮਨ ਤੂਰ ਹੈ ਜਿਸ ਨੇ ਪ੍ਰੈਸ ਕਾਨਫਰੰਸ ਕਰਕੇ ਆ ਕਿ ਨਵਜੋਤ ਸਿੰਘ ਸਿੱਧੂ ਦੀ ਭੈਣ ਹੈ ਨਵਜੋਤ ਸਿੰਘ ਸਿੱਧੂ ਨੇ ਉਹਨਾਂ ਨੂੰ ਬਲੌਕ ਕੀਤਾ ਵਾ ਅਤੇ ਉਹਨਾਂ ਦੀ ਮਦਰ ਦੀ ਵੀ ਡੈਥ ਮੈਂ ਉਹਨਾਂ ਨੂੰ ਨਹੀਂ ਜਾਣਦੀ ਉਹਨਾਂ ਦੀ ਕੋਈ ਫਾਦਰ ਦੀ ਪਹਿਲੀ ਮੈਰਿਜ ਸੀਗੀ ਕਿਸੇ ਲੇਡੀ ਨਾਲ ਉੱਥੇ ਦੋ ਡਾਟਰਸ ਹੋਈਆਂ ਸੀਗੀਆਂ ਸੋ ਮੈਂ ਮੇਰੇ ਹੁੰਦੇ ਮੈਂ ਜਾਣਦੀ ਹਾਂ ਲੇਕਿਨ ਮਜੀਠੀਆ ਦੇ ਲੜਨ ਨਾਲ ਜ਼ਿਆਦਾ ਮਿਹਨਤ ਕਰਨੀ ਪੈਣੀ ਹੈ ਬਿਲਕੁਲ ਵੀ ਨਹੀਂ ਅਸੀਂ ਆਪਣੀ ਮਿਹਨਤ ਸ਼ੁਰੂ ਤੋਂ ਕਰਦੇ ਆਏ ਹਾਂ ਜਿੰਨੇ ਪੈਸੇ ਮਿਲਦੇ ਆਏ ਉਹਨੇ ਇਮਾਨਦਾਰੀ ਨਾਲ ਲਾਉਂਦੇ ਆਏ ਹਾਂ ਅਤੇ ਉਹਦੇ ਆਉਣ ਨਾਲ ਤਾਂ ਘੱਟ ਮਿਹਨਤ ਕਰਨੀ ਪੈਣੀ ਹੈ ਕਿਉਂਕਿ ਮੈਨੂੰ ਨਹੀਂ ਲੱਗਦਾ ਕਿ ਜਿਹੜੇ ਬੰਦੇ ਨੇ ਸਾਰੇ ਪੰਜਾਬ ਦੀ ਪੀੜ੍ਹੀ ਸਾਰੇ ਬੱਚੇ ਬਰਬਾਦ ਕੀਤੇ ਹੈ ਮਜਬੂਰ ਕੀਤਾ ਲੋਕਾਂ ਨੂੰ ਕਿ ਕੈਨੇਡਾ ਅਤੇ ਬਾਹਰ ਜਾਣ ਕਿਉਂਕਿ ਇੰਨੇ ਸਾਲ ਇਹਨਾਂ ਨੇ ਰਾਜ ਕੀਤਾ ਅਤੇ ਕੁਛ ਵੀ ਇਹੋ ਜਿਹਾ ਨਹੀਂ ਕਰ ਪਾਏ ਪੰਜਾਬ 'ਚ ਜਿਹਦੇ ਵਿੱਚ ਪੰਜਾਬ ਦੇ ਬੱਚੇ ਪੰਜਾਬ 'ਚ ਰਹਿ ਜਾਣ ਸਾਰੇ ਭੱਜ ਭੱਜ ਕੇ ਬਾਹਰ ਜਾ ਰਹੇ ਹਾਂ ਆਈਲੈਟਸ ਕਲੀਅਰ ਕਰਕੇ ਸੋ ਇਹੀ ਦਰਸਾਉਂਦਾ ਵੀ ਤੁਸੀਂ ਪੰਜਾਬ 'ਚ ਕੁਛ ਕੀਤਾ ਹੀ ਨਹੀਂ ਬੱਚਿਆਂ ਲਈ ਨਹੀਂ ਕੀਤਾ ਕੋਈ ਕਾਲਜ ਕੁਛ ਇਹੋ ਜਿਹਾ ਲੈਵਲ ਦਾ ਕੀਤਾ ਹੀ ਨਹੀਂ ਵੀ ਬੱਚੇ ਇੱਥੇ ਠਹਿਰਨ ਸੋ ਇਹ ਡਿਜ਼ਰਵ ਹੀ ਨਹੀਂ ਕਰਦੇ ਇਹਨਾਂ ਨੂੰ ਆਲਰੇਡੀ ਲੋਕ ਪੰਜਾਬ ਦੇ ਨਕਾਰ ਚੁੱਕੇ ਹੈ ਐਂਡ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲੈਣਗੇ ਵੈਸੇ ਵੀ ਵੱਡੇ ਬਾਦਲ ਸਾਹਿਬ ਦੀ ਗੇਮ ਹੈ ਕਿ ਇਹਨੂੰ ਟੋਟਲੀ ਖਤਮ ਕੀਤਾ ਜਾਵੇ ਇਹਦੀ ਬੇਇੱਜ਼ਤੀ ਕੀਤੀ ਜਾਵੇ ਤਾਂ ਕਿ ਮੇਰੇ ਮੁੰਡੇ